सत श्री अकाल जी, मैं गुरप्रीत सिंह दबड़ी खाना। ते ए जिहड़ी जामण तुसी देख रहे हो जमा कंध दे मुढ़ च न्यों चुगरी हुई जामण, ते थल्ले तुसी देख रहे हो भी फर्श भी लग्या होया पक्का। इहनू कोई पाणी नहीं, अपना पाणी आप ही जमीन दे विच्चों लैंदी है। ते हुण जदों जामणा नूं लगभग फल खत्म हो चुकिया, अज दे दिन भी इन्ना फल तां थल्ले डिग्गिया होया तुसी देख रहे हो किरिया होया उपरों। ते जे इहनू मैं नेड़ों दिखावां तां फल बहुत सारा हजे जामण दे उत्ते लग्या भी होया। हुण इहनू कंध दे मुढ़ च न्यों चुगी होई है, कोई पानी नहीं इहनू, ते इहदे बावजूद ये इन्ना फल दे चुकी है, ते हाले भी फल दिंदी पई है, ते बाकी जामणा दे उत्ते फल जिहड़ा हैगा लगभग खत्म हो चुकिया। हुण मैं तुहाडे नाल इह गल क्यों करन लग्या इस जामण नूं दिखाउंदे होए। ਬਾਈ ਜੀ, ਮੈਨੂੰ ਮੇਰੇ ਇੱਕ ਮਿੱਤਰ ਦਾ ਫੋਨ ਆਇਆ ਸੀ, ਉਹ ਕਹਿੰਦਾ ਵੀ ਇਸ ਵਿਸ਼ੇ 'ਤੇ ਵੀ ਗੱਲ ਕਰਿਓ। ਉਹ ਕਹਿੰਦਾ ਵੀ ਮੋਨੋਕਰੋਟੋਫੋਸ ਨਾਂ ਦਾ ਜਿਹੜਾ ਜ਼ਹਿਰ ਆ ਉਹਦੀ ਸਪਰੇਅ ਕੀਤੀ ਜਾਂਦੀ ਆ ਜਿਹੜੇ ਲੋਕ ਜਾਮਣਾ ਠੇਕੇ 'ਤੇ ਲੈਂਦੇ ਆ, ਅਤੇ ਮੋਨੋਕਰੋਟੋਫੋਸ ਜਿਹੜੀ ਜ਼ਹਿਰ ਆ ਜਿਹਨੂੰ ਮੋਨੋ ਕਹਿੰਦੇ ਆ ਆਮ ਲੋਕ, ਉਹਦੇ ਬਾਰੇ ਕਿਹਾ ਜਾਂਦਾ ਵੀ ਜਿਹੜੀ ਫਸਲ 'ਤੇ ਤੁਸੀਂ ਉਹਨੂੰ ਛਿੜਕਿਆ ਉਹਦਾ ਕੋਈ ਵੀ 45 ਦਿਨਾਂ ਤੱਕ ਉਹਨੂੰ ਖਾਣਾ ਪੀਣਾ ਨਹੀਂ। ਅਤੇ ਜਾਮਣਾ ਬਾਈ ਟੁੱਟਣ ਤੋਂ ਬਾਅਦ ਦੇਖ ਲਓ ਵੀ 45 ਦਿਨ ਕੱਢ ਜਾਣਗੀਆਂ, 45 ਮਿੰਟ ਤਾਂ ਕੱਢਦੀਆਂ ਨਹੀਂ, ਠੀਕ ਹੈ। ਤਾਂ ਜਿਹੜੀ ਕੁਦਰਤ ਵੱਲੋਂ ਇੱਦਾਂ ਬਿਨਾਂ ਪਾਣੀ ਤੋਂ ਵੀ ਚੀਜ਼ ਹੁੰਦੀ ਪਈ ਹੈ, ਖੁੱਲ੍ਹੀ ਡੁੱਲੀ ਹੁੰਦੀ ਪਈ ਹੈ, ਪੂਰੀ ਸੋਹਣੀ ਹੁੰਦੀ ਪਈ ਹੈ, ਜਦੋਂ ਉਹਦੇ ਵਿੱਚ ਵਪਾਰ ਆ ਜਾਂਦਾ, ਲੋਕਾਂ ਦਾ ਲਾਲਚ ਉਹਦੇ ਨਾਲ ਜੁੜ ਜਾਂਦਾ, ਤਾਂ ਉਹ ਫਿਰ ਉਸ ਚੰਗੀ ਭਲੀ ਪੂਰੇ ਝਾੜ ਵਾਲੀ ਕੁਦਰਤੀ ਜਿਹੜੀ ਨਿਆਮਤ ਹੈ ਉਹਨੂੰ ਵੀ ਜ਼ਹਿਰੀਲਾ ਕਰਦੇ ਆ। ਉੱਕਾ ਹੀ ਲੋੜ ਨਹੀਂ ਹੁੰਦੀ, ਇਹ ਬੂਟਾ ਇਸ ਗੱਲ ਦੀ ਗਵਾਹੀ ਭਰਦਾ ਪਿਆ। ਦੇਖੋ ਕਿੰਨਾ ਫਲ ਥੱਲੇ ਡਿੱਗਿਆ ਹੋਇਆ, ਅਤੇ ਹਾਲੇ ਵੀ ਕਿੰਨਾ ਫਲ ਉੱਤੇ ਲੱਗਿਆ ਹੋਇਆ, ਕੋਈ ਪਾਣੀ ਨਹੀਂ, ਕੋਈ ਫਾਲਤੂ ਇਹਨੂੰ ਖੁਰਾਕ ਨਹੀਂ, ਬਿਲਕੁਲ ਨੈਚੁਰਲ ਤਰੀਕੇ ਦੇ ਨਾਲ ਇਹ ਖੜ੍ਹਾ, ਕੁਦਰਤ ਦੇ ਨਿਜ਼ਾਮ ਦੇ ਮੁਤਾਬਕ ਹੀ ਇਹ ਸਾਰਾ ਕੁਝ ਕਰਦੇ ਹੋਏ ਸਾਨੂੰ ਇੰਨਾ ਸੋਹਣਾ ਫਲ ਦਿੰਦਾ ਪਿਆ। ਅਤੇ ਹੁਣ ਬਾਈ ਤੁਸੀਂ ਜਿਹੜੀਆਂ ਜਾਮਣਾਂ ਬਾਜ਼ਾਰ 'ਚੋਂ ਲੈ ਕੇ ਖਰੀਦ ਕੇ ਖਾ ਰਹੇ ਹੋ, ਉਹ ਇਹਨਾਂ ਜਾਮਣਾਂ ਦੀ ਰੀਸ ਨਹੀਂ ਕਰ ਸਕਦੀਆਂ। ਵੀਡੀਓ ਲੱਗੀ ਹੋਵੇ ਚੰਗੀ ਤਾਂ ਇਹਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਬੈੱਲ ਆਈਕਨ 'ਤੇ ਕਰ ਦਿਓ ਕਲਿੱਕ, ਅਤੇ ਜੇ ਤੁਸੀਂ ਆਪਣੇ ਫੇਸਬੁੱਕ ਪੇਜ 'ਤੇ ਇਹ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰਿਕਮੈਂਡ ਕਰਨਾ ਨਾ ਭੁੱਲਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।